रवा इडली यमी। हाय फ्रेंड्स, राम राम जी, जय माता दी, सत श्री अकाल। वेलकम टू चैनल रोजाना रूटीन। किवें तुसी सारे फ्रेंड्स? आई होप कि वधिया ही होंगे। हाजिर हो गया तुहाडे लई एक होर यमी रैसिपी, जो कि है इडली, रवा इडली। तां किवें बनानी है ये रैसिपी, देखण लई चैनल नूं करो सबसक्राइब, बैल आइकन नूं करो क्लिक, तां जो वीडियो दी नोटिफिकेशन तुहानूं शो होवे। ते फ्रेंड्स, जे तुसी रेसिपी दी इंग्रेडिएंट्स की ने देखना चाहते हो तो नीचे डिस्क्रिप्शन बॉक्स च भी लिखा होंगे, देख लिया करो। ते आज शाम साड़ी लाइव ना मिस करियो, आज असी लाइव आवांगे 6 बजे। ठीक है फ्रेंड्स, ते वीडियो नू फुल देखो, इंजॉय करो। फ्रेंड्स, इडली लई एक बड़ी कटोरी सूजी, एक बड़ी कटोरी दही, नमक, बेकिंग सोडा, मिठा सोडा, एक कटोरी पानी। तो चलो चलते हैं, तैयार करते हैं अपनी इडली। जिन्नी असि सूजी लैनी है उन्नी असि दही लैनी है। एक बॉल दे विच सूजी लै लिए, एक कटोरी सूजी, हुण असि इन्नी ही दही पा लांगे। असि एक कटोरी सूजी है तो एक कटोरी ही दही है। हुण फ्रेंड्स असि नमक पा लांगे, फ्रेंड स्वाद अनुसार। इडली बहुत ही अलग डिश है, असं भी फस्ट टाइम ट्राई कर रहे हैं, तो सोचे फ्रेंड्स नू कहिए। जेडे भी व्यूअर फस्ट टाइम आए हैं वीडियो ते, चैनल नू लाइक जरूर करो, सब्सक्राइब करो, ते फुल वॉच करो। तो साड़ी लाइव 6 बजे है, ज्वाइन जरूर करियो। साडे फ्रेंड दी रिक्वेस्ट आई सी इडली बना के दिखाओ फ्रेंड। फ्रेंड्स इस थोड़ा जहा पानी भी ऐड करते हैं असी, आ देखो इन मिक्स कर लें। ਇਹਦਾ ਕਿਵੇਂ ਦਾ ਮੰਮੀ ਬੈਟਰ ਬਣਾਉਣਾ ਹੈ? ਜ਼ਿਆਦਾ ਪਤਲਾ ਵੀ ਨਹੀਂ ਬਣਾਉਣਾ। ਅੱਛਾ, ਜੇ ਪਤਲਾ ਬਣਾਓਗੇ ਤਾਂ ਸਾਡੀ ਬੇਕਾਰ ਬਣੇਗੀ, ਵਧੀਆ ਨਹੀਂ ਬਣੇਗੀ ਫਿਰ। ਅੱਛਾ, ਗਾੜਾ ਗਾੜਾ ਜਿਹਾ ਰੱਖਣਾ। ਗਾੜਾ ਗਾੜਾ ਰੱਖਣਾ ਹੈ। ਠੀਕ ਹੈ, ਬੇਕਿੰਗ ਸੋਡਾ ਬਾਅਦ ਚੋਂ ਪਾਉਣਾ? ਹਾਂ, ਉਹ ਜਦੋਂ ਅਸੀਂ ਬਣਾਵਾਂਗੇ। ਹੁਣ ਅਸੀਂ ਇਹਨੂੰ ਅੱਧਾ ਘੰਟਾ ਰੈਸਟ ਕਰ ਢੱਕ ਕੇ ਰੈਸਟ 'ਤੇ ਰੱਖ ਦਾਂਗੇ। ਠੀਕ ਹੈ, ਤਾਂ ਹਾਲੇ ਹੋ ਗਿਆ ਬੈਟਰ ਤਿਆਰ, ਹੁਣ ਇਹਨੂੰ ਅੱਧਾ ਘੰਟਾ ਰੈਸਟ ਕਰਾਈਏ। ਹਾਂ, ਰੈਸਟ। ਠੀਕ ਹੈ, ਵੇਟ ਫੋਰ ਅੱਧਾ ਘੰਟਾ। ਅਸੀਂ ਉਦੋਂ ਪਾਣੀ ਪਾ ਲਾਂਗੇ ਫਰੈਂਡ, ਉਸ ਟਾਈਮ ਦੁਬਾਰਾ ਤੋਂ ਪਾਣੀ ਪਾਉਣਾ ਹੋਏਗਾ ਪਾ ਲਾਂਗੇ। ਹੁਣ ਅਸੀਂ ਇਹਨੂੰ ਢੱਕ ਕੇ ਰੱਖ ਦਿੰਦੇ ਹਾਂ। ਠੀਕ ਹੈ, 15 ਅੱਧਾ ਘੰਟੇ ਲਈ। ਅੱਧਾ ਘੰਟਾ ਢੱਕ ਕੇ। ਆ ਦੇਖੋ ਫਰੈਂਡਸ, ਅੱਧੇ ਘੰਟੇ ਬਾਅਦ ਡੋ ਤਿਆਰ ਹੈ। ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਹੋਰ ਪਾਣੀ ਪਾ ਰਹੇ ਹਾਂ। ਇਹ ਬਹੁਤ ਸਖਤ ਹੋਇਆ ਪਿਆ ਫਰੈਂਡ, ਇਹਨੂੰ ਥੋੜ੍ਹਾ ਹੋਰ ਪਤਲਾ ਕਰ ਰਹੇ ਹਾਂ। ਦੇਖੋ ਫਰੈਂਡਸ, ਹੁਣ ਇਹਦੇ ਵਿੱਚ ਅਸੀਂ ਬੇਕਿੰਗ ਸੋਡਾ ਐਡ ਕਰ ਦਿੰਦੇ ਹਾਂ। ਆ ਦੇਖੋ ਸਾਰਾ ਪਾ ਦੇਣਾ ਬੇਕਿੰਗ ਸੋਡਾ, ਥੋੜਾ ਜਿਹਾ ਇੱਕ ਚੁਟਕੀ ਹੈਗਾ। ਠੀਕ ਹੈ, ਜਦੋਂ ਅਸੀਂ ਇਹਦੇ ਵਿੱਚ ਸਟੈਂਡ ਵਿੱਚ ਪਾਣਾ ਸਮਾਨ, ਉਦੋਂ ਸੋਡਾ ਪਾਣਾ, ਪਹਿਲੇ ਨਹੀਂ ਪਾਣਾ ਫਰੈਂਡ ਅਸੀਂ। ਹੁਣ ਨਾਲ ਦੇ ਨਾਲ ਆ ਦੇਖੋ ਫਰੈਂਡਸ, ਇਹ ਜਿਹੜਾ ਹੈ ਆਪਣੇ ਕੋਲ ਇਡਲੀ ਸਟੈਂਡ, ਇਹਦੇ ਅਸੀਂ ਤੇਲ ਲਗਾ ਲਿਆ, ਥੋੜਾ ਥੋੜਾ ਤੇਲ ਲਗਾ ਲਿਆ ਸਾਰੇ ਸਟੈਂਡ ਵਿੱਚ। ਇਹਦੇ ਤੇ ਹੀ ਆਪਾਂ ਇਹ ਜਿਹੜਾ ਮਿਕਸਚਰ ਹੈ ਉਹ ਪੋਰ ਕਰਾਂਗੇ। ਆ ਦੇਖੋ, ਅਸੀਂ ਤਾਂ ਫਸਟ ਟਾਈਮ ਬਣਾ ਰਹੇ ਹਾਂ, ਪਤਾ ਨਹੀਂ ਕਿਵੇਂ ਦੀ ਬਣਦੀ ਹੈ। ਤੁਸੀਂ ਵੀ ਬਣਾਇਓ, ਸੁਣਿਆ ਤਾਂ ਸਾਰਿਆਂ ਨੇ ਹੋਊਗਾ ਪਰ ਬਣਾਇਆ ਨਹੀਂ ਹੋਊਗਾ। ਪੰਜਾਬ 'ਚ ਤਾਂ ਜ਼ਿਆਦਾਤਰ ਘਰੇ ਤਾਂ ਕਿਸੇ ਨੇ ਸ਼ਾਇਦ ਹੀ ਬਣਾਈ ਹੋਵੇ ਇਡਲੀ। ਐਵੇਂ ਸਾਰੀ ਆਪਾਂ ਡਿਸ਼ 'ਚ ਪੋਰ ਕਰ ਲੈਂਦੇ ਹਾਂ। ਫਰੈਂਡਸ, ਕੁੱਕਰ ਦੇ ਵਿੱਚ ਪਾਣੀ ਰੱਖਤਾ ਤਾਂ ਕਿ ਹੀਟ ਹੋ ਜਾਵੇ, ਇਹਦੇ ਉੱਤੇ ਹੀ ਅਸੀਂ ਸਟੈਂਡ ਰੱਖਾਂਗੇ। ਫਰੈਂਡਸ, ਇਡਲੀ ਸਟੈਂਡ ਰੈਡੀ ਹੈ, ਇਹਦੇ 'ਚ ਅਸੀਂ ਪੋਰ ਕਰ ਲਿਆ ਆਪਣਾ ਮਿਕਸਚਰ। ਹੁਣ ਇਹਦੇ ਵਿੱਚ ਆਪਾਂ ਸੈੱਟ ਕਰਾਂਗੇ ਆਪਣੀ ਇਡਲੀ। ਆ ਦੇਖੋ, ਇਹਨੂੰ ਰੱਖਤਾ ਹੈ ਸਟੈਂਡ ਨੂੰ ਕੁੱਕਰ ਦੇ ਵਿੱਚ। ਮੰਮੀ ਆਪਾਂ ਕਿੰਨਾ ਟਾਈਮ ਲਈ? 10 ਮਿੰਟ ਇਹਨੂੰ ਬਸ ਅਸੀਂ ਨਾ ਬੰਦ ਕਰਕੇ ਰੱਖ ਦੇਣਾ, ਉੱਪਰੋਂ ਸੀਟੀ ਉਤਾਰ ਲਈਏ ਫਰੈਂਡ, ਸੀਟੀ ਨਹੀਂ ਲਾਉਣੀ ਤੁਸੀਂ, ਬਸ ਐਵੇਂ ਇਹਨੂੰ ਬੰਦ ਕਰ ਦੇਣਾ 10 ਮਿੰਟ ਵਾਸਤੇ। ਠੀਕ ਹੈ, ਵੇਟ ਕਰੋ 10 ਮਿੰਟ ਲਈ। ਦੇਖੋ ਫਰੈਂਡ, 10 ਮਿੰਟ ਬਾਅਦ ਸਟੀਮ ਤੋਂ ਬਾਅਦ ਸਾਡੀ ਇਡਲੀ ਬਣ ਕੇ ਤਿਆਰ ਹੋ ਗਈ ਹੈ। ਆ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਫਰੈਂਡ, ਅਸੀਂ ਫਸਟ ਟਾਈਮ ਟਰਾਈ ਕਰੀਏ ਪਰ ਆਈ ਥਿੰਕ ਵਧੀਆ ਬਣ ਗਈ ਹੈ, ਤੁਸੀਂ ਵੀ ਜ਼ਰੂਰ ਟਰਾਈ ਕਰਿਓ, ਪਰ ਹੁਣ ਅਸੀਂ ਇਹ ਸਰਵ ਕਰਾਂਗੇ। ਆ ਦੇਖੋ ਫਰੈਂਡਸ, ਇਡਲੀ ਬਣ ਕੇ ਤਿਆਰ ਹੈ, ਕਿੰਨੀ ਵਧੀਆ ਲੱਗ ਰਹੀ ਹੈ। ਮੈਂ ਤੁਹਾਨੂੰ ਦਿਖਾਉਂਦੀ ਹਾਂ ਇੱਕ ਪੀਸ ਹੱਥ 'ਚ ਲੈ ਕੇ, ਦੇਖੋ ਕਿੰਨੇ ਸੌਫਟ ਸੌਫਟ ਹੈ। ਅਤੇ ਇਹਨੂੰ ਅਸੀਂ ਕੈਚਅਪ ਦੇ ਨਾਲ ਸਰਵ ਕਰਿਆ, ਕੈਚਅਪ ਦੇ ਨਾਲ ਅਤੇ ਅੰਬ ਦੀ ਚਟਨੀ ਜੋ ਕਿ ਅਸੀਂ ਪਹਿਲਾਂ ਤੋਂ ਹੀ ਘਰ ਬਣਾਈ ਹੋਈ ਸੀ। ਜੇ ਤੁਸੀਂ ਇਹਦੀ ਰੈਸਿਪੀ ਚਾਹੁੰਦੇ ਹੋ, ਸਾਡੀ ਪਲੇਲਿਸਟ ਦੇ ਵਿੱਚ ਅਵੇਲੇਬਲ ਹੈ, ਉਹ ਜਾ ਕੇ ਦੇਖ ਲਿਓ। ਕਿਸ ਮਰਜ਼ੀ ਨਾਲ ਚਾਹੇ ਤਾਂ ਤੁਸੀਂ ਟੀ ਨਾਲ ਵੀ ਇਹਨੂੰ ਸਰਵ ਕਰ ਸਕਦੇ ਹੋ। ਅਸੀਂ ਫਸਟ ਟਾਈਮ ਬਣਾਈਆਂ ਸੀ, ਬਹੁਤ ਹੀ ਯੰਮੀ ਲੱਗ ਰਹੀ ਹੈ, ਮੈਂ ਤਾਂ ਚੱਲੀ ਹਾਂ ਖਾਣ। ਤੁਸੀਂ ਵੀਡੀਓ ਇੰਜੋਏ ਕਰੋ, ਆਪਣੇ ਘਰ ਵੀ ਜ਼ਰੂਰ ਟਰਾਈ ਕਰਿਓ, ਜੇ ਵਧੀਆ ਲੱਗੀ ਤਾਂ ਕਮੈਂਟ ਵੀ ਕਰਿਓ। ਠੀਕ ਹੈ ਫਰੈਂਡਸ, ਸਾਡੀ ਲਾਈਵ ਨਾ ਮਿਸ ਕਰਿਓ, ਅੱਜ ਸ਼ਾਮ 6 ਵਜੇ ਮਿਲਦੇ ਹਾਂ ਲਾਈਵ 'ਚ। ਬਾਏ, ਹੈਵ ਅ ਨਾਈਸ ਡੇ।